ਸਾਹਮਣੇ ਆ ਰਹੀ ਹੈ। ਦੱਸਦੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਪਾਕਿਸਤਾਨ ਗਏ ਜਥੇ ਤੋਂ ਵਾਪਸ ਪਰਦੇ ਸਮੇਂ ਸਰਹੱਦ ਤੇ ਇੱਕ ਸ਼ਰਧਾਲੂ ਦੀ ਮੌਤ ਹੋਈ ਹੈ। ਸ਼ਰਧਾਲੂ ਦੀ ਪਹਿਚਾਣ ਫਿਰੋਜ਼ਪੁਰ ਦੇ ਪਿੰਡ ਝੋਕ ਟਹਿਲ ਸਿੰਘ ਦੇ ਸੁਖਦੇਵ ਸਿੰਘ ਦੇ ਵਜੋਂ ਹੋਈ ਹੈ। ਪੰਜ ਲੋਕ ਗਏ ਸਨ ਜਥੇ ਵਿੱਚ ਪਾਕਿਸਤਾਨ। ਦੱਸਦੇ ਕਿ ਵਾਪਸ ਪਰਤਦੇ ਹੋਏ ਸਰਹੱਦ ਪਾਰ ਕਰਦੇ ਹੀ ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਪਾਕਿਸਤਾਨ ਸਰਹੱਦ ਤੇ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਗਿਆ ਸੀ ਜਥਾ ਤੇ ਸ਼ਰਧਾਲੂ ਦੀ ਪਛਾਣ ਜਿਹੜੀ ਹੈ ਸੁਖਦੇਵ ਸਿੰਘ ਫਿਰੋਜ਼ਪੁਰ ਦੇ ਵਜੋਂ ਹੋਈ ਹੈ। ਸਰਹੱਦ ਪਾਰ ਕਰਦੇ ਸਮੇਂ ਉਸਨੂੰ ਦਿਲ ਦਾ ਦੌਰਾ ਪਿਆ, ਜਿਸਦੇ ਕਰਕੇ ਉਸਦੀ ਮੌਤ ਹੋ ਗਈ ਹੈ। ਪਾਕਿਸਤਾਨੀ ਸਰਹੱਦ ਤੋਂ ਵਾਪਸ ਪਰਤਦੇ ਸਮੇਂ ਹਾਦਸਾ ਹੋਇਆ ਹੈ। ਦੱਸਦੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਪਾਕਿਸਤਾਨ ਗਏ ਜਥੇ ਦੇ ਵਿੱਚ ਵਾਪਸ ਪਰਤਦੇ ਸਮੇਂ ਇੱਕ ਸ਼ਰਧਾਲੂ ਦੀ ਮੌਤ ਹੋ ਚੁੱਕੀ ਹੈ। ਸ਼ਰਧਾਲੂ ਦੀ ਪਛਾਣ ਜਿਹੜੀ ਹੈ ਫਿਰੋਜ਼ਪੁਰ ਦੇ ਪਿੰਡ ਝੋਕ ਟਹਿਲ ਸਿੰਘ ਦੇ ਸੁਖਦੇਵ ਸਿੰਘ ਦੇ ਵਜੋਂ ਹੋਈ ਹੈ। ਪੰਜ ਲੋਕ ਗਏ ਸਨ ਜਥੇ ਦੇ ਵਿੱਚ ਪਾਕਿਸਤਾਨ ਤੇ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਸਰਹੱਦ ਪਾਰ ਕਰਦੇ ਹੀ ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਹੈ। ਪਾਕਿਸਤਾਨ ਸਰਹੱਦ ਤੇ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਗਿਆ ਸੀ ਜਥਾ। ਸ਼ਰਧਾਲੂ ਦੀ ਪਛਾਣ ਸੁਖਦੇਵ ਸਿੰਘ ਫਿਰੋਜ਼ਪੁਰ ਦੇ ਵਜੋਂ ਹੋਈ ਹੈ। ਦੱਸਦੇ ਕਿ ਸਰਹੱਦ ਪਾਰ ਕਰਦੇ ਪਏ ਹੀ ਦਿਲ ਦਾ ਦੌਰਾ ਪਿਆ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਮੌਕੇ ਤੇ ਇੱਕ ਜਥਾ ਪਾਕਿਸਤਾਨ ਗਿਆ ਸੀ। ਜਥੇ ਦੇ ਵਿੱਚ ਉਹ ਜਦੋਂ ਜਥਾ ਵਾਪਸ ਪਰਤ ਰਿਹਾ ਸੀ ਤਾਂ ਵਾਪਸ ਪਰਤਦੇ ਸਮੇਂ ਸ਼ਰਧਾਲੂ ਦੀ ਮੌਤ ਹੋ ਗਈ। ਸ਼ਰਧਾਲੂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਝੋਕ ਟਹਿਲ ਸਿੰਘ ਦੇ ਵਜੋਂ ਹੋਈ ਹੈ। ਦੱਸਦੇ ਕਿ ਝੋਕ ਟਹਿਲ ਸਿੰਘ ਦੇ ਸੁਖਦੇਵ ਸਿੰਘ ਦੇ ਵਜੋਂ ਹੋਈ ਹੈ। ਪੰਜ ਲੋਕ ਗਏ ਸਨ ਜਥੇ ਦੇ ਵਿੱਚ, ਪੂਰੇ ਪੰਜ ਲੋਕ ਜਥੇ ਦੇ ਵਿੱਚ ਗਏ ਸਨ, ਜਿਸਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਵਾਪਸ ਪਰਤਦੇ ਹੋਏ ਸਰਹੱਦ ਪਾਰ ਕਰਦੇ ਹੀ ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪਿਆ। ਇਹ ਜੀ ਜਥਾ ਗਿਆ ਸੀ ਭਾਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ, ਪਿੰਡ ਝੋਕ ਟਹਿਲ ਸਿੰਘ ਦੀ ਜਥਾ ਗਿਆ ਸੀ। ਸੁਖਦੇਵ ਸਿੰਘ ਸਨ ਆਫ ਬਖਤੌਰ ਸਿੰਘ ਇਹ ਨਾਲ ਸੀਗਾ ਜੀ ਜਥੇ ਦੇ। ਭਾਈ ਮਰਦਾਨਾ ਸੇਵਾ ਸੁਸਾਇਟੀ ਫਿਰੋਜ਼ਪੁਰ ਵੱਲੋਂ ਇਹ ਜਥਾ ਗਿਆ ਸੀਗਾ ਜੀ, ਵੀਜ਼ਾ ਲੱਗਾ ਸੀ ਅਤੇ 21 ਤਰੀਕ ਨੂੰ ਇਹ ਪਾਕਿਸਤਾਨ ਵਿਖੇ ਗਏ ਸੀ ਅਤੇ 30 ਤਰੀਕ ਦੀ ਅੱਜ ਵਾਪਸੀ ਸੀ। ਵਾਪਸੀ ਦੌਰਾਨ ਇਹ ਬਾਰਡਰ ਕਰੋਸ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਇਹਨਾਂ ਨੂੰ ਯਕਦਮ ਦਿਲ ਦਾ ਦੌਰਾ ਪੈਣ ਨਾਲ ਇਹਨਾਂ ਦੀ ਡੈਥ ਹੋ ਗਈ ਹੈ। ਪਰਿਵਾਰ ਨੂੰ, ਪਿੰਡ ਨੂੰ ਬਹੁਤ ਵੱਡਾ ਸਦਮਾ ਲੱਗਾ ਜੀ, ਸਾਰਾ ਪਿੰਡ ਸੋਗ ਦੇ ਵਿੱਚ ਪਹੁੰਚਿਆ। ਜਿੱਥੇ ਤੋਂ ਇੱਥੋਂ ਕਿੰਨੇ ਜਣੇ ਗਏ ਸ਼ਰਧਾਲੂ ਗਏ ਸੀਗੇ? ਇੱਥੋਂ 5 ਜਣੇ ਗਏ ਸੀਗੇ, 4 ਬੀਬੀਆਂ ਸੀ, 1 ਇਹ ਸੀਗੇ, 5 ਮੈਂਬਰ ਗਏ ਸੀਗੇ ਪਿੰਡ ਝੋਕ ਟਹਿਲ ਸਿੰਘ। ਪਾਕਿਸਤਾਨ ਸਰਹੱਦ ਤੇ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਸਰਹੱਦ ਤੇ ਸ਼ਰਧਾਲੂ ਦੀ ਪਛਾਣ ਜੁੜੀ ਹੈ ਸੁਖਦੇਵ ਸਿੰਘ ਫਿਰੋਜ਼ਪੁਰ ਦੇ ਵਜੋਂ ਹੋਈ ਹੈ। ਦੱਸਦੇ ਕਿ ਇੱਕ ਜੱਥਾ ਜੁੜਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਪਰ ਪਾਕਿਸਤਾਨ ਗਿਆ ਸੀ ਦਰਸ਼ਨ ਵਾਸਤੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਗਿਆ ਸੀ। ਪਾਕਿਸਤਾਨ ਸਰਹੱਦ ਤੇ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋ ਚੁੱਕੀ ਹੈ।